ਚੀਫ ਖਾਲਸਾ ਦੀਵਾਨ ਨੂੰ ਅੱਜ ਮਿਲੇਗਾ ਨਵਾਂ ਪ੍ਰਧਾਨ। ਦੱਸੀਏ ਕਿ ਚੀਫ ਖਾਲਸਾ ਦੀਵਾਨ ਦੇ ਮੈਂਬਰਾਂ ਦੇ ਵੱਲੋਂ ਨਵੇਂ ਪ੍ਰਧਾਨ ਤੇ ਨਵੇਂ ਅਹੁਦੇਦਾਰ ਚੁਣੇ ਜਾਣਗੇ। ਇਸ ਤੋਂ ਪਹਿਲਾਂ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨਿੱਜਰ ਸਨ ਚੀਫ ਖਾਲਸਾ ਦੇ ਪ੍ਰਧਾਨ। ਦੱਸੀਏ ਕਿ ਦੇਸ਼ ਦੇ ਵੱਖ ਵੱਖ ਕੋਨਿਆਂ ਤੋਂ 488 ਵੋਟਰ ਆਪਣੀ ਵੋਟ ਦੇ ਕੇ ਨਵੇਂ ਪ੍ਰਧਾਨ ਦੀ ਜਿਹੜੀ ਹੈ ਉਹ ਚੋਣ ਕਰਨਗੇ। ਦੱਸੀਏ ਕਿ ਵੋਟ ਪ੍ਰਕਿਰਿਆ ਸਵੇਰ 10:30 ਵਜੇ ਤੋਂ ਸ਼ਾਮ 5 ਵਜੇ ਤੱਕ ਜਿਹੜੀ ਹੈ ਉਹ ਜਾਰੀ ਰਹੇਗੀ। ਅੰਮ੍ਰਿਤਸਰ ਦੇ ਵਿੱਚ ਚੀਫ ਖਾਲਸਾ ਦੀਵਾਨ ਦੀ ਇਲੈਕਸ਼ਨ ਜਿਹੜੀ ਹੈ ਹੋਣ ਜਾ ਰਹੀ ਹੈ। ਇਸ ਦੇ ਵਿੱਚ ਚੋਣ ਪ੍ਰਕਿਰਿਆ ਸਵੇਰ 10:30 ਵਜੇ ਤੋਂ ਸ਼ਾਮ 5 ਵਜੇ ਤੱਕ ਜਾਰੀ ਰਹੇਗੀ, ਜਿਸ ਦੇ ਵਿੱਚ 488 ਵੋਟਰ ਆਪਣੀ ਵੋਟ ਦੇ ਕੇ ਨਵੇਂ ਪ੍ਰਧਾਨ ਦੀ ਜਿਹੜੀ ਹੈ ਉਹ ਚੋਣ ਕਰਨਗੇ। ਇਸ ਮੌਕੇ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਡਾਕਟਰ ਇੰਦਰਬੀਰ ਸਿੰਘ ਨਿੱਜਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੁੱਲ 488 ਵੋਟਰ ਆਪਣੀ ਜਿਹੜੀ ਹੈ ਉਹ ਵੋਟ ਦੇਣਗੇ। ਅੱਜ ਦੇਸ਼ ਦੇ ਵੱਖ ਵੱਖ ਕੋਨਿਆਂ ਤੋਂ ਵੋਟਰ ਜਿਹੜੇ ਨੇ ਆਪਣੀ ਵੋਟ ਦੇਣ ਲਈ ਅੰਮ੍ਰਿਤਸਰ ਪੁੱਜੇ ਨੇ। ਉਹਨਾਂ ਕਿਹਾ ਕਿ ਕਾਨਪੁਰ ਤੋਂ ਦਿੱਲੀ, ਮੁੰਬਈ ਤੋਂ ਚੰਡੀਗੜ੍ਹ, ਜਲੰਧਰ, ਲੁਧਿਆਣਾ ਦੇ ਸਾਰੇ ਸ਼ਹਿਰਾਂ ਤੋਂ ਜਿਹੜੇ ਨੇ ਉਹ ਵੋਟਰ ਆਪਣੀ ਵੋਟ ਪਾਉਣ ਦੇ ਲਈ ਆਏ ਨੇ। ਉਹਨਾਂ ਨੇ ਕਿਹਾ ਕਿ ਸਾਡੇ ਮੈਂਬਰਾਂ ਨੂੰ ਸਾਨੂੰ ਉਮੀਦ ਹੈ ਕਿ ਉਹ ਆਪਣੇ ਦਿਲ ਅਤੇ ਦਿਮਾਗ ਤੋਂ ਸੋਚ ਕੇ ਜਿਹੜੀ ਹੈ ਉਹ ਵੋਟ ਪਾਉਣਗੇ ਅਤੇ ਇੱਕ ਚੰਗੀ ਟੀਮ ਨੂੰ ਜਿਹੜਾ ਹੈ ਉਹ ਮੌਕਾ ਦੇਣਗੇ। ਉਹਨਾਂ ਕਿਹਾ ਕਿ ਪਰਮਾਤਮਾ ਕੋਲ ਇਹੀ ਅਰਦਾਸ ਕਰਦੇ ਹਾਂ ਕਿ ਸੱਚ ਦੀ ਜਿਹੜੀ ਹੈ ਉਹ ਜਿੱਤ ਹੋਣੀ ਚਾਹੀਦੀ ਹੈ। ਹੋਰ ਕੀ ਕੁਛ ਕਹਿਣਾ ਡਾਕਟਰ ਇੰਦਰਬੀਰ ਸਿੰਘ ਨਿੱਜਰ ਹੋਣਾ ਦਾ, ਇੱਕ ਵਾਰੀ ਉਹ ਵੀ ਸੁਣ ਲੈਂਦੇ ਹਾਂ। ਅੱਜ ਇਲੈਕਸ਼ਨ ਹੋਣ ਜਾ ਰਹੀ ਚੀਫ ਖਾਲਸਾ ਦੀਵਾਨ ਦੀ, ਔਰ ਸ਼ਾਮ 5 ਵਜੇ ਤੱਕ, 10:30 ਤੋਂ ਲੈ ਕੇ 5 ਵਜੇ ਤੱਕ ਵੋਟਿੰਗ ਹੋਏਗੀ। 488 ਮੈਂਬਰ ਨੇ ਕਾਨਪੁਰ ਤੋਂ, ਦਿੱਲੀਓਂ, ਬੰਬੇ ਤੋਂ, ਚੰਡੀਗੜ੍ਹ, ਜਲੰਧਰ, ਲੁਧਿਆਣਾ, ਸਾਰੇ ਸ਼ਹਿਰਾਂ ਤੋਂ ਲੋਕ ਆਏ ਹੋਏ ਨੇ, ਵੋਟਰ ਆਏ ਹੋਏ ਨੇ ਸਾਡੇ ਮੈਂਬਰ ਜਿਹੜੇ ਨੇ। ਔਰ ਮੈਨੂੰ ਉਮੀਦ ਹੈ ਕਿ ਉਹ ਆਪਣੇ ਦਿਮਾਗ ਔਰ ਦਿਲੋਂ ਸੋਚ ਕੇ ਵੋਟ ਪਾਉਣਗੇ, ਔਰ ਜਿਹੜੀ ਬੈਸਟ ਟੀਮ ਹੈ ਜਿਹਨੂੰ ਪਰਮਾਤਮਾ ਚਾਹੇਗਾ ਉਹ ਟੀਮ ਜਿੱਤ ਜਾਵੇ। ਮੇਰੀ ਪਰਮਾਤਮਾ ਬਸ ਇਹ ਅਰਦਾਸ ਹੈ ਕਿ ਸੱਚ ਦੀ ਜਿੱਤ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੀਫ ਖਾਲਸਾ ਦੀਵਾਨ ਨੂੰ ਅੱਜ ਮਿਲੇਗਾ ਨਵਾਂ ਪ੍ਰਧਾਨ। ਦੱਸੀਏ ਕਿ ਚੀਫ ਖਾਲਸਾ ਦੀਵਾਨ ਦੇ ਮੈਂਬਰਾਂ ਦੇ ਵੱਲੋਂ ਨਵੇਂ ਪ੍ਰਧਾਨ ਤੇ ਨਵੇਂ ਅਹੁਦੇਦਾਰ ਚੁਣੇ ਜਾਣਗੇ। ਇਸ ਤੋਂ ਪਹਿਲਾਂ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨਿੱਜਰ ਸਨ ਚੀਫ ਖਾਲਸਾ ਦੇ ਪ੍ਰਧਾਨ। ਦੱਸੀਏ ਕਿ ਦੇਸ਼ ਦੇ ਵੱਖ ਵੱਖ ਕੋਨਿਆਂ ਤੋਂ 488 ਵੋਟਰ ਆਪਣੀ ਵੋਟ ਦੇ ਕੇ ਨਵੇਂ ਪ੍ਰਧਾਨ ਦੀ ਜਿਹੜੀ ਹੈ ਉਹ ਚੋਣ ਕਰਨਗੇ। ਦੱਸੀਏ ਕਿ ਵੋਟ ਪ੍ਰਕਿਰਿਆ ਸਵੇਰ 10:30 ਵਜੇ ਤੋਂ ਸ਼ਾਮ 5 ਵਜੇ ਤੱਕ ਜਿਹੜੀ ਹੈ ਉਹ ਜਾਰੀ ਰਹੇਗੀ। ਅੰਮ੍ਰਿਤਸਰ ਦੇ ਵਿੱਚ ਚੀਫ ਖਾਲਸਾ ਦੀਵਾਨ ਦੀ ਇਲੈਕਸ਼ਨ ਜਿਹੜੀ ਹੈ ਹੋਣ ਜਾ ਰਹੀ ਹੈ। ਇਸ ਦੇ ਵਿੱਚ ਚੋਣ ਪ੍ਰਕਿਰਿਆ ਸਵੇਰ 10:30 ਵਜੇ ਤੋਂ ਸ਼ਾਮ 5 ਵਜੇ ਤੱਕ ਜਾਰੀ ਰਹੇਗੀ, ਜਿਸ ਦੇ ਵਿੱਚ 488 ਵੋਟਰ ਆਪਣੀ ਵੋਟ ਦੇ ਕੇ ਨਵੇਂ ਪ੍ਰਧਾਨ ਦੀ ਜਿਹੜੀ ਹੈ ਉਹ ਚੋਣ ਕਰਨਗੇ। ਇਸ ਮੌਕੇ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਡਾਕਟਰ ਇੰਦਰਬੀਰ ਸਿੰਘ ਨਿੱਜਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੁੱਲ 488 ਵੋਟਰ ਆਪਣੀ ਜਿਹੜੀ ਹੈ ਉਹ ਵੋਟ ਦੇਣਗੇ। ਅੱਜ ਦੇਸ਼ ਦੇ ਵੱਖ ਵੱਖ ਕੋਨਿਆਂ ਤੋਂ ਵੋਟਰ ਜਿਹੜੇ ਨੇ ਆਪਣੀ ਵੋਟ ਦੇਣ ਲਈ ਅੰਮ੍ਰਿਤਸਰ ਪੁੱਜੇ ਨੇ। ਉਹਨਾਂ ਕਿਹਾ ਕਿ ਕਾਨਪੁਰ ਤੋਂ ਦਿੱਲੀ, ਮੁੰਬਈ ਤੋਂ ਚੰਡੀਗੜ੍ਹ, ਜਲੰਧਰ, ਲੁਧਿਆਣਾ ਦੇ ਸਾਰੇ ਸ਼ਹਿਰਾਂ ਤੋਂ ਜਿਹੜੇ ਨੇ ਉਹ ਵੋਟਰ ਆਪਣੀ ਵੋਟ ਪਾਉਣ ਦੇ ਲਈ ਆਏ ਨੇ। ਉਹਨਾਂ ਨੇ ਕਿਹਾ ਕਿ ਸਾਡੇ ਮੈਂਬਰਾਂ ਨੂੰ ਸਾਨੂੰ ਉਮੀਦ ਹੈ ਕਿ ਉਹ ਆਪਣੇ ਦਿਲ ਅਤੇ ਦਿਮਾਗ ਤੋਂ ਸੋਚ ਕੇ ਜਿਹੜੀ ਹੈ ਉਹ ਵੋਟ ਪਾਉਣਗੇ ਅਤੇ ਇੱਕ ਚੰਗੀ ਟੀਮ ਨੂੰ ਜਿਹੜਾ ਹੈ ਉਹ ਮੌਕਾ ਦੇਣਗੇ। ਉਹਨਾਂ ਕਿਹਾ ਕਿ ਪਰਮਾਤਮਾ ਕੋਲ ਇਹੀ ਅਰਦਾਸ ਕਰਦੇ ਹਾਂ ਕਿ ਸੱਚ ਦੀ ਜਿਹੜੀ ਹੈ ਉਹ ਜਿੱਤ ਹੋਣੀ ਚਾਹੀਦੀ ਹੈ। ਹੋਰ ਕੀ ਕੁਛ ਕਹਿਣਾ ਹੈ ਡਾਕਟਰ ਇੰਦਰਬੀਰ ਸਿੰਘ ਨਿੱਜਰ ਹੋਣਾ ਦਾ, ਇੱਕ ਵਾਰੀ ਉਹ ਵੀ ਸੁਣ ਲੈਂਦੇ ਹਾਂ। ਅੱਜ ਇਲੈਕਸ਼ਨ ਹੋਣ ਜਾ ਰਹੀ ਚੀਫ ਖਾਲਸਾ ਦੀਵਾਨ ਦੀ, ਔਰ ਸ਼ਾਮ 5 ਵਜੇ ਤੱਕ, 10:30 ਤੋਂ ਲੈ ਕੇ 5 ਵਜੇ ਤੱਕ ਵੋਟਿੰਗ ਹੋਏਗੀ। 488 ਮੈਂਬਰ ਨੇ ਕਾਨਪੁਰ ਤੋਂ, ਦਿੱਲੀਓਂ, ਬੰਬੇ ਤੋਂ, ਚੰਡੀਗੜ੍ਹ, ਜਲੰਧਰ, ਲੁਧਿਆਣਾ, ਸਾਰੇ ਸ਼ਹਿਰਾਂ ਤੋਂ ਲੋਕ ਆਏ ਹੋਏ ਨੇ, ਵੋਟਰ ਆਏ ਹੋਏ ਨੇ ਸਾਡੇ ਮੈਂਬਰ ਜਿਹੜੇ ਨੇ। ਔਰ ਮੈਨੂੰ ਉਮੀਦ ਹੈ ਕਿ ਉਹ ਆਪਣੇ ਦਿਮਾਗ ਔਰ ਦਿਲੋਂ ਸੋਚ ਕੇ ਵੋਟ ਪਾਉਣਗੇ, ਔਰ ਜਿਹੜੀ ਬੈਸਟ ਟੀਮ ਹੈ ਜਿਹਨੂੰ ਪਰਮਾਤਮਾ ਚਾਹੇਗਾ ਉਹ ਟੀਮ ਜਿੱਤ ਜਾਵੇ। ਮੇਰੀ ਪਰਮਾਤਮਾ ਬਸ ਇਹ ਅਰਦਾਸ ਹੈ ਕਿ ਸੱਚ ਦੀ ਜਿੱਤ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।